ਚਾਹ ਦੀਆਂ ਚੁਸਕੀਆਂ ਮੱਠੀਆਂ ਖੂਬਸੂਰਤ ਕੇਕ ਦੇ ਨਾਲ ਤੁਹਾਡਾ ਸਵਾਗਤ ਹੈ। ਮੈਂ ਹਾਂ ਜਗਜੀਤ ਚਾਨਾ, ਤੁਸੀਂ ਦੇਖ ਰਹੇ ਹੋ ਦੀ ਫਗਵਾੜਾ ਹੈਡਲਾਈਨ ਲਾਈਵ ਤੇ ਸਾਡੀ ਇਹ ਵਿਸ਼ੇਸ਼ ਪੇਸ਼ਕਸ਼। ਔਰ ਅੱਜ ਚਾਹ ਦੀਆਂ ਚੁਸਕਾਂ ਦੇ ਨਾਲ ਅਸੀਂ ਫਗਵਾੜਾ ਦੇ ਪੱਖ ਦੇ ਮਸਲਿਆਂ ਦੀ ਗੱਲ ਕਰਾਂਗੇ, ਕਿਹੜੇ ਮਸਲੇ ਨੇ ਜੋ 2019 ਦੀਆਂ ਇਲੈਕਸ਼ਨਾਂ ਵਿੱਚ ਹੋਣਗੇ ਅਹਿਮ। ਤੁਸੀਂ ਦੇਖਦੇ ਰਹੋ ਸਾਡੇ ਨਾਲ। ਔਰ ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ ਜੁੜੇ ਹਾਂ ਅਸੀਂ ਮਾਡਲ ਟਾਊਨ ਦੇ ਬਹੁਤ ਹੀ ਪ੍ਰਤੀਨਿਧ ਜੋ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਲੋਕਾਂ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਅਤੇ ਕਿਹੜੇ ਖਾਸ ਮੁੱਦੇ ਨੇ ਉਹਨਾਂ ਦੀ ਚਰਚਾ ਕਰਾਂਗੇ। ਲੋਕ ਸਭਾ ਚੋਣਾਂ 2019 ਦੇ ਲਈ ਚੋਣ ਮੁਹਿੰਮ ਜੋ ਹੈ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਔਰ ਅੰਤਰਿਮ ਬਜਟ ਤੋਂ ਬਾਅਦ ਹੁਣ ਸਾਰੀ ਪੋਲੀਟੀਕਲ ਪਾਰਟੀਆਂ ਜੋ ਹੈ ਇਸ ਵੇਲੇ ਉਹਨਾਂ ਦਾ ਸਭ ਤੋਂ ਵੱਡਾ ਮਿਸ਼ਨ ਹੈ ਇਹਨਾਂ ਚੋਣਾਂ ਵਿੱਚ ਫਤਿਹ ਕਰਨਾ। ਪੂਰੇ ਭਾਰਤ ਦੇ ਵਿੱਚ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਪੂਰਾ ਰਾਜਸੀ ਮਾਹੌਲ ਹੈ ਔਰ ਇਸ ਰਾਜਸੀ ਮਾਹੌਲ ਦੇ ਵਿੱਚ ਕਿਉਂਕਿ ਚੋਣਾਂ ਦਾ ਜ਼ਿਕਰ ਹੁੰਦਾ ਹੈ, ਚੋਣ ਵਾਅਦੇ ਹੁੰਦੇ ਆ, ਬਹੁਤ ਸਾਰੇ ਲੱਛੇਦਾਰ ਭਾਸ਼ਣ ਹੁੰਦੇ ਨੇ, ਇਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੇ ਵਾਅਦੇ ਹੁੰਦੇ ਨੇ ਜੋ ਲਵਾਉਂਦੇ ਨੇ ਵੋਟਰਾਂ ਨੂੰ ਅਤੇ ਵੋਟਾਂ ਦੇ ਵਿੱਚ ਉਹ ਤਬਦੀਲ ਹੁੰਦੇ ਨੇ। ਫਗਵਾੜਾ ਹੈਡਲਾਈਨ ਲਾਈਵ ਅੱਜ ਆਈ ਹੈ ਮਾਡਲ ਟਾਊਨ ਦੇ ਵਿੱਚ। ਇਹ ਬਹੁਤ ਖੂਬਸੂਰਤ ਪਾਰਕ ਹੈ ਜਿੱਥੇ ਸਵੇਰੇ ਲੋਕ ਜੋ ਹੈ ਆਪਣੀ ਸਿਹਤ ਨੂੰ ਹੋਰ ਖੂਬਸੂਰਤ ਬਣਾਉਣ ਲਈ ਇੱਥੇ ਸੈਰ ਕਰਦੇ ਨੇ ਔਰ ਪੂਰਾ ਪੰਚਾਲ ਇੱਥੇ ਲੱਗ ਚੁੱਕਾ। ਤੁਸੀਂ ਦੇਖ ਰਹੇ ਹੋ ਫਗਵਾੜਾ ਨਾਲ ਵੱਖ ਵੱਖ ਟ੍ਰੇਡਾਂ ਨਾਲ ਸੰਬੰਧਿਤ ਜੋ ਲੋਕ ਨੇ ਅੱਜ ਸਾਡੇ ਨਾਲ ਨੇ ਔਰ ਇਸ ਚਾਹ ਦੀ ਪਾਰਟੀ ਦੇ ਵਿੱਚ ਦੀ ਫਗਵਾੜਾ ਹੈਡਲਾਈਨ ਲਾਈਵ ਨੇ ਜੋ ਕਿ ਅੱਜ ਮੁੱਦਾ ਜੋ ਹੈ ਕੀ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਫਗਵਾੜਾ ਦੇ ਵਿੱਚ ਖਾਸ ਮੁੱਦਾ ਕੀ ਰਹੇਗਾ। ਸਿੱਧਾ ਆਪਾਂ ਚੱਲਦੇ ਹਾਂ ਇਹਨਾਂ ਵੋਟਰਾਂ ਕੋਲ ਜਿਨ੍ਹਾਂ ਨੇ ਵੋਟ ਪਾਣੀ ਹੈ 2019 ਦੇ ਵਿੱਚ। ਜੀ ਹਾਂ, ਤੁਹਾਨੂੰ ਕੀ ਲੱਗਦਾ ਫਗਵਾੜਾ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਕਿਹੜਾ ਹੈ? ਸਭ ਤੋਂ ਵੱਡਾ ਮੁੱਦਾ ਜੀ ਪੁੱਲ ਦਾ ਜੀ, ਜਿਹੜਾ ਕਾਫੀ ਸਮੇਂ ਤੋਂ ਜਿਹੜਾ ਲਿੰਗਰ ਆਉਣ ਹੋਈ ਜਾਂਦਾ, ਜਿਹੜਾ ਪੈਂਡਿੰਗ ਚੱਲੀ ਜਾਂਦਾ, ਹਰ ਵਾਰੀ ਚੁਣਾਵੀ ਜਿਹੜੇ ਮਾਹੌਲ ਦੇ ਵਿੱਚ ਜਾਂ ਚੁਣਾਵ ਦੇ ਟਾਈਮ 'ਤੇ ਆ ਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਇੱਕ ਲੋਲੀਪੋਪ ਜਿਹਾ ਦੇ ਦਿੰਦੀਆਂ, ਅਸੀਂ ਆਹ ਕਰਾਂਗੇ, ਅਸੀਂ ਉਹ ਕਰਾਂਗੇ, ਬਹੁਤ ਕੁਛ ਜਿਹੜੇ ਵਾਅਦੇ ਕਰ ਦਿੰਦੇ ਆ। ਬਟ ਇੱਕ ਸਭ ਤੋਂ ਅਹਿਮ ਗੰਭੀਰ ਮੁੱਦਾ ਜਿਹੜਾ ਪੁੱਲਦਾ ਆ ਕਿ ਜਿਹੜਾ ਦਿਨ ਰਾਤ ਮਤਲਬ ਸਾਨੂੰ, ਸਾਡੇ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਮਤਲਬ ਕਿਸੇ ਨੂੰ ਵੀ ਈਵਨ ਸੜਕ ਜਿਹੜੀ ਹੈ ਕ੍ਰੋਸ ਕਰਨੀ ਔਖੀ ਹੋ ਜਾਂਦੀ ਹੈ। ਲੋਕ ਉੱਧਰੋਂ ਹਾਈਵੇ ਨੂੰ ਸੋਚ ਕੇ ਇੱਦਾਂ ਇੰਨੀ ਕੁ ਤੇਜ਼ ਆਉਂਦੀਆਂ ਗੱਡੀਆਂ ਕਿ ਹਰ ਵਾਰੇ ਜਾਣ ਜਿਹੜੀ ਹੈ ਮੁੱਠੀ 'ਚ ਆਈ ਰਹਿੰਦੀ ਹੈ। ਅਤੇ ਮਤਲਬ ਇੱਕ ਪੁੱਲ ਹੀ ਨਹੀਂ ਇਹਨਾਂ ਕੋਲੋਂ ਬਣ ਸਕਿਆ, ਹੋਰ ਮਤਲਬ ਜਿਹੜੇ ਵਾਅਦੇ ਇਹਨਾਂ ਨੇ ਕਰਨੇ ਆ। ਫਗਵਾੜਾ ਵਾਸੀ ਜਿਹੜੇ ਨਾ ਨਰਕ ਦੀ ਜ਼ਿੰਦਗੀ ਭੋਗ ਰਹੇ ਆ। ਦੇਖ ਰਹੇ ਹੋ, ਅਸੀਂ ਦੱਸਣਾ ਚਾਹਾਂਗੇ ਆਪਣੇ ਸਰੋਤਿਆਂ ਨੂੰ ਖਾਸ ਤੌਰ 'ਤੇ, ਜ਼ਿਕਰ ਕੀਤਾ ਹਰਨੀਤ ਜੀ ਨੇ ਪੁੱਲ ਦਾ ਮੁੱਦਾ, ਥੋੜ੍ਹਾ ਜਿਹਾ ਦੱਸਣਾ ਚਾਹਾਂਗੇ ਪੁੱਲ ਪਿਛਲੇ 10 ਸਾਲ ਤੋਂ ਜੋ ਹੈ ਉਹ ਬਣਨ ਦੇ ਇਕਦਾਰ ਦੇ ਵਿੱਚ ਹੈ ਪਰ ਕੋਈ ਵੀ ਇਸ ਦੀ ਅਗਲੀ ਸ਼ੁਰੂਆਤ ਨਹੀਂ ਹੋ ਸਕੀ, ਸਿਰਫ ਐਲਾਨ ਹੋਇਆ ਔਰ ਇਸ ਵਿੱਚ ਸਭ ਤੋਂ ਜ਼ਿਆਦਾ ਐਲਾਨ ਦਸੰਬਰ 2017 ਵਿੱਚ ਹੋਇਆ ਜਦੋਂ ਮੌਜੂਦਾ ਮੈਂਬਰ ਪਾਰਲੀਮੈਂਟ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਜੀ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਬਹੁਤ ਜਲਦੀ ਪੁੱਲ ਬਣੇਗਾ। ਹਲਕਾ ਵਿਧਾਇਕ ਸੋਮ ਪ੍ਰਕਾਸ਼ ਜੀ ਨੇ ਵੀ, ਉਹਨਾਂ ਦੀ ਸਟੇਟਮੈਂਟ ਸੀ ਕਿ ਉਹਨਾਂ ਨੇ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਹੈ, ਪੁੱਲ ਬਹੁਤ ਜਲਦੀ ਬਣੇਗਾ। ਉਸ ਤੋਂ ਬਾਅਦ 7-8 ਮਹੀਨੇ ਤੱਕ ਕੋਈ ਕਾਰਵਾਈ ਨਹੀਂ ਹੋਈ ਪਰ ਪਿਛਲੇ ਕੁਝ 3-4 ਮਹੀਨਿਆਂ ਤੋਂ ਬਾਰ ਬਾਰ ਈ ਟੈਂਡਰਿੰਗ ਹੁੰਦੇ ਰਹੇ ਪਰ ਪੁੱਲ ਜਿਹੜਾ ਆ ਉਹ ਕਿਸੇ ਪਾਸੇ ਨਹੀਂ ਪਹੁੰਚਿਆ। ਜੇ ਪੋਲੀਟੀਕਲ ਪਾਰਟੀਸ ਜਿਹੜੇ ਉਹਨਾਂ ਨੇ ਇੰਨੇ ਸਾਲ ਲਾ ਤੇ, ਲੋਕ ਖਾਮੋਸ਼ ਕਿਉਂ ਨੇ? ਲੋਕ ਪਹਿਲਾਂ ਤਾਂ ਬੋਲਣਾ ਨਹੀਂ ਚਾਹੁੰਦੇ ਹੈਗੇ ਅਤੇ ਪ੍ਰੋਬਲਮ ਹੈਗੀ ਸਾਨੂੰ ਪਬਲਿਕ ਨੂੰ ਔਰ ਸਾਡੇ ਨਾਲ ਇਹ ਮੇਰੇ ਬੱਚਿਆਂ ਨਾਲ ਵੀ ਕੇਰੀ ਹੋ ਚੁੱਕਿਆ, ਬਾਈਕ ਲੈ ਕੇ ਨਿਕਲ 2-3 ਵਾਰ ਬੱਚੇ ਹੋਏ, ਸਾਡੇ ਮੈਂਬਰ ਹੋਏ, ਅੱਜ ਉਹਨਾਂ ਦਾ ਐਕਸੀਡੈਂਟ ਹੋਇਆ ਰਾਤੀ ਤੁਲੀ ਸਾਹਿਬ ਦਾ, ਔਰ ਮਿਸੀ ਉਹ ਮਸੀ ਹੋਏ ਜਾਨੋ ਬੱਚੇ ਆ ਅਤੇ 12 ਸਾਲ ਤੋਂ ਇਹਨਾਂ ਮਸਲਾ ਹੋਇਆ। ਮੈਂ ਤਾਂ ਕਹਿੰਦਾ ਜੀ ਮੈਨੂੰ ਕੋਈ ਦੱਸ ਸਕਦਾ ਪ੍ਰਧਾਨ ਮੰਤਰੀ ਜੀ ਇਹ ਤਰੀਕ ਕਦੋਂ ਹੋਏਗੀ? ਮੈਂ ਉਹ ਮੰਨ ਜਾਵਾਂਗਾ
ਜੋ ਮੈਨੂੰ ਤਰੀਕ ਦੱਸ ਦੇਣਗੇ। ਸੰਨੀ ਦਿਓਲ ਦੀ ਫਿਲਮ ਵਾਂਗ ਤਾਰੀਖ ਤੇ ਤਰੀਖ ਤਾਰੀਖ ਤੇ ਤਰੀਖ ਪੈ ਰਹੀਆਂ ਪਰ ਮੈਂ ਕਹਿੰਦਾ ਜੀ ਮੈਨੂੰ ਉਹ ਦੱਸ ਦੇਣ ਵੀ ਤਰੀਕ ਕਿਹੜੀ ਸ਼ੁਰੂ ਹੋਊਗਾ, ਮੈਂ ਉਹਨੂੰ ਸਲੂਟ ਕਰ ਦੂੰਗਾ ਤੇ ਨਹੀਂ ਨਹੀਂ ਕਰੂੰਗਾ। ਇਸ ਪੁਲ ਦੇ ਬਹੁਤ ਸਾਰੇ ਹਾਦਸੇ ਹੋਏ ਨੇ, ਬਹੁਤ ਸਾਰੇ ਜਾਨਾਂ ਜਾ ਚੁੱਕੀਆਂ ਨੇ, ਹਾਦਸੇ ਰੋਜ਼ ਹੋ ਰਹੇ ਨੇ ਇਸ ਪੁਲ ਕਰਕੇ। ਫਲਾਈਓਵਰ ਦੀ ਜਦੋਂ ਸਲੋਪ ਥੱਲੇ ਆਉਂਦੀ ਹੈ ਬਹੁਤ ਸਾਰੇ ਹਾਦਸੇ ਨੇ। ਪਰ ਜਿਹੜਾ ਇੱਕ ਤਾਜ਼ਾ ਹਾਦਸਾ ਹੋਇਆ ਕੱਲ੍ਹ ਰਾਤ, ਅਸੀਂ ਆਪਣੇ ਖਾਸ ਤੌਰ 'ਤੇ ਦਰਸ਼ਕਾਂ ਨੂੰ ਫਗਵਾੜਾ ਦੇ ਦੱਸਣਾ ਚਾਹਾਂਗੇ। ਸਾਡੇ ਕੋਲ ਬੈਠੇ ਨੇ ਵਰਜਿੰਦਰ ਤੁਲੀ, ਸਾਡੇ ਨਾਲ ਨੇ, ਉਹਨਾਂ ਨੂੰ ਪੁੱਛਾਂਗੇ ਕਿਸ ਤਰ੍ਹਾਂ ਹੋਇਆ ਕੱਲ੍ਹ। ਜੀ ਕੱਲ੍ਹ ਰਾਤ ਦਾ ਇੱਕ ਹਾਦਸਾ ਤੁਹਾਡੇ ਨਾਲ ਹੋਇਆ, ਕਾਰ 'ਤੇ ਤੁਸੀਂ ਆ ਰਹੇ ਸੀ, ਹਾਂਜੀ, ਔਰ ਕਿਸ ਤਰ੍ਹਾਂ ਕਾਰ ਦੇ ਵਿੱਚ ਅਸੀਂ ਕ੍ਰੋਸ ਕਰਨ ਲੱਗੇ ਹਾਂ, ਮਗਰੋਂ ਐਡੀ ਤੇਜ਼ ਟੈਂਪੂ ਡਰਾਈਵਰ ਵਾਲਾ ਆਇਆ ਆ ਅਤੇ ਸਾਨੂੰ ਇਹ ਪਤਾ ਵੀ ਸਾਡੀ ਗੱਡੀ ਬਿਲਕੁਲ ਚੱਕਣਾ ਚੂਰ ਕਰ ਦਿੱਤੀ ਆ, ਸਾਰੀ ਜਾਨੋ ਬਚੇ ਆ, ਦੋਨੇ ਮੀਆਂ ਬੀਬੀ ਵਿੱਚ ਬੈਠੇ ਸੀ, ਗੱਡੀ ਉਲਟ ਗਈ ਆ, ਉਲਟ ਕੇ ਵਿੱਚੋਂ ਉਹਨਾਂ ਨੇ ਧੱਕੇ ਨਾਲ ਬਾਹਰ ਕੱਢਿਆ, ਤਾਂ ਸਾਰੇ ਹੀ ਸਾਡੇ ਉਹਨਾਂ ਦੇ ਸੱਟਾਂ ਬਾਹਰ ਲੱਗੀਆਂ ਹੋਈਆਂ, ਮੇਰੇ ਵੀ ਲੱਗੀਆਂ ਹੋਈਆਂ, ਬਚਾਅ ਹੋਇਆ, ਬਸ ਇੰਨਾ ਹੋਇਆ ਵੀ ਜਾਨ ਬਚ ਗਈ ਆ, ਜਾਨੋ ਮਰਨੋਂ ਬਚ ਗਏ ਆ। ਇਹਨਾਂ ਕਾਰਨ ਤਾਂ ਪੁਲ ਹੈਗਾ, ਪੁਲ ਜਦੋਂ ਵੀ ਦੇਖਦੇ ਪੁਲ ਤੋਂ ਇੰਨਾ ਲੰਘਣਾ ਹੁੰਦਾ ਆ, ਸਾਡੇ ਘਰ ਦੇ ਹੁਣ ਇਹ ਕਹਿੰਦੇ ਆ ਵੀ ਤੁਸੀਂ ਇਸ ਰਾਹ ਤੋਂ ਲੰਘਣਾ ਹੀ ਨਹੀਂ, ਤੁਹਾਨੂੰ ਕਸਮ ਆ ਇਸ ਰਾਹ 'ਤੇ ਤੁਸੀਂ ਲੰਘਣਾ ਹੈ, ਤੁਸੀਂ ਉੱਪਰ ਦੀ ਹੋਰ ਪਾਸੇ ਜਾਓ, ਇੱਥੇ ਦੀ ਪੁਲ ਦੀ ਜਾਣਾ ਹੀ ਨਹੀਂ, ਜਿੰਨਾ ਚਿਰ ਪੁਲ ਨਹੀਂ ਬਣਦਾ ਹੈਗਾ ਇਹ ਤੁਹਾਡੀ ਮਾਂ ਵਾਂਗਾ ਵੀ ਫਟਾਫਟ ਇਸ ਪੁਲ ਨੂੰ ਬਣਾਇਆ ਜਾਵੇ। ਮਤਲਬ ਜਿਹਨਾਂ ਰਾਹਾਂ ਦੀ ਸਰਕਾਰ ਨਾ ਜਾਣੀ ਉਹਨਾਂ ਰਾਹਾਂ ਤੇ ਸਾਨੂੰ ਤੁਰਨਾ ਪਿਆ। ਹਾਂ ਬਰਮਾਨੀ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ, ਇਹ ਮੁੱਦਾ ਕਿੰਨਾ ਗੰਭੀਰ ਹੈਗਾ ਫਗਵਾੜਾ ਲਈ? ਬਿਲਕੁਲ ਗੰਭੀਰ ਹੈਗਾ ਜੀ, ਤੁਸੀਂ ਇਹ ਦੇਖੋ ਵੀ ਤੁਲੀ ਸਾਹਿਬ ਦਾ ਹੁਣੇ ਹੁਣੀ ਬੱਚਿਆਂ ਦੇ ਲਈ ਬੜੀ ਪ੍ਰੋਬਲਮ ਹੈ, ਅਸੀਂ ਬੱਚਿਆਂ ਨੂੰ ਜਦੋਂ ਵੀ ਭੇਜਦੇ ਹਾਂ ਤਾਂ ਮਨ ਡਰਿਆ ਰਹਿੰਦਾ ਆ ਵੀ ਬੱਚੇ ਕ੍ਰੋਸਿੰਗ ਦੇ ਵੇਲੇ ਕਿੰਨਾ ਜਾਣਗੇ, ਅਤੇ ਡਰ ਰਹਿੰਦਾ ਆ। ਤੁਸੀਂ ਜਲਦੀ ਤੋਂ ਜਲਦੀ ਇਹ ਪੁਲ ਦੀ ਕਿਸੇ ਨਾ ਕਿਸੇ ਸਮੱਸਿਆ ਦੀ ਹੱਲ। ਨੌਜਵਾਨਾਂ ਨੂੰ ਵੀ ਪੁੱਛਦੇ ਹਾਂ, ਜੈਪਾਲ ਸਾਡੇ ਨਾਲ ਹੈ, ਜੈਪਾਲ ਕੀ ਕਹਿਣਾ ਚਾਹੋਗੇ ਤੁਸੀਂ, ਕਿਉਂ ਮੁੱਦਾ ਇਹ ਇੰਨਾ ਪੱਖ ਗਿਆ, ਇੰਨਾ ਪੱਖਣ ਤੋਂ ਬਾਅਦ ਵੀ ਇਹਦਾ ਕੋਈ ਹੱਲ ਨਹੀਂ ਇਸ ਵੇਲੇ ਨਜ਼ਰ ਆ ਰਿਹਾ? ਇਹ ਇਸ ਟਾਈਮ ਮੇਨ ਫਗਵਾੜੇ ਸ਼ਹਿਰ ਦਾ ਔਰ ਫਗਵਾੜੇ ਸ਼ਹਿਰ ਦੇ ਨਾਲ ਜੁੜੇ NRI ਦਾ ਬਹੁਤ ਵਧੀਆ ਅਤੇ ਬਹੁਤ ਹੀ ਪੱਕ ਚੁੱਕਾ ਇਸ਼ੂ ਆ। ਇਸ ਨੂੰ ਮੈਂ ਸਾਰੇ ਵੱਲੋਂ ਇਹੀ ਕਹਿਣਾ ਚਾਹੂੰਗਾ, ਇਸ ਨੂੰ ਬਹੁਤ ਜਲਦੀ ਪੁਲ ਨੂੰ, ਫਲਾਈਓਵਰ ਨੂੰ ਮੇਨਟੇਨ ਕਰਕੇ, ਜੇ ਨਹੀਂ ਹੋਇਆ ਤਾਂ ਕੀ ਕਰ ਸਕਦੇ ਵੋਟਰ ਜੀ? ਵੋਟਾਂ ਦਾ ਬਾਈਕਾਟ ਕੀਤਾ ਜਾਏਗਾ, ਲੇਕਿਨ ਆਮ ਪਬਲਿਕ ਨੂੰ ਪੁੱਛੋ, ਆਮ ਪਬਲਿਕ ਦੀ ਤਰ੍ਹਾਂ ਉਹ ਕ੍ਰੋਸ ਕਰਨ, ਉਹਨੂੰ ਪਤਾ ਲੱਗਿਆ ਕਿ ਕਿੱਦਾਂ ਚੱਲਣਾ, ਕਿੱਦਾਂ ਰੋਡ ਕ੍ਰੋਸ ਕਰਨੀ ਪੈਂਦੀ ਹੈ, ਬਹੁਤ ਮੁਸ਼ਕਲ ਸਾਹਮਣਾ ਕਰਨਾ ਪੈਂਦਾ। ਸਾਡੀ ਇੱਕ ਇਹੀ ਗੁਜ਼ਾਰਿਸ਼ ਹੈ ਕਿ ਜਲਦੀ ਤੋਂ ਜਲਦੀ ਪੁਲ ਦਾ ਨਿਰਮਾਣ ਸ਼ੁਰੂ ਕੀਤਾ ਜਾਵੇ। ਗੁਪਤਾ ਜੀ, ਕੀ ਕਹਿਣਾ ਚਾਹੋਗੇ ਤੁਸੀਂ ਇਸ ਮੁੱਦੇ ਬਾਰੇ? ਦੇਖੋ ਜੀ, ਦਿਨ ਦੇ ਵਿੱਚ ਘੱਟੋ ਘੱਟ ਨਹੀਂ ਤਾਂ 4 ਤੋਂ 5 ਵਾਰੀ ਅਸੀਂ ਇਹ ਪੁਲ ਕ੍ਰੋਸ ਕਰੀਦਾ, ਔਰ ਲੇਕਿਨ ਸਾਨੂੰ ਪਤਾ ਕਿਸ ਤਰ੍ਹਾਂ ਕ੍ਰੋਸ ਕਰੀਦਾ, ਬੜੀਆਂ ਮੁਸ਼ਕਲਾਂ ਨਾਲ, ਮਤਲਬ ਕਿ ਵਿੱਚੋਂ ਧੱਕੇ ਨਾ ਵੜਨਾ ਪੈਂਦਾ ਕ੍ਰੋਸ ਕਰਨ ਲਈ, ਕੋਈ ਬੰਦਾ ਜੀਟ ਰੋਡ ਤੋਂ ਜਿਹੜਾ ਹਾਈਵੇ ਤੋਂ ਆ ਰਿਹਾ ਕੋਈ ਨਹੀਂ ਰੋਕ ਰਿਹਾ, ਜਿਹੜੀ ਪੁਲਿਸ ਵੀ ਹੈਗੀ ਹੈ ਫਗਵਾੜੇ ਦੀ ਉਹ ਮਤਲਬ ਇੱਕ ਸਾਈਡ 'ਤੇ ਖੜੀ ਹੈਗੀ ਆ, ਸਾਡੇ ਮੋਲਟਨ ਵਾਲੀ ਸਾਈਡ 'ਤੇ ਬਹੁਤ ਘੱਟ ਲੋਕ ਦਿਖਦੇ ਨੇ ਪੁਲਿਸ ਦੇ, ਜਿਹੜੇ ਕਿ ਟ੍ਰੈਫਿਕ ਨੂੰ ਕੰਟਰੋਲ ਕਰ ਸਕਣ। ਸੋ ਇਸ ਕਰਕੇ ਅਸੀਂ ਇਹੀ ਕਹਾਂਗੇ, ਜਾਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਪ੍ਰੋਪਰ ਤਰੀਕੇ ਨਾਲ ਮੇਨਟੇਨ ਕਰੋ, ਨਹੀਂ ਸਭ ਤੋਂ ਪਹਿਲੇ ਤਾਂ ਗੱਲ ਹੈ ਵੀ ਪੁਲ ਦਾ ਸਭ ਤੋਂ ਜਲਦੀ ਕੰਮ ਸ਼ੁਰੂ ਕੀਤਾ ਜਾਵੇ, ਤਾਂ ਕਿ ਜਿਹੜੇ ਮਾਲਟਨ ਵਾਸੀਆਂ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਦੀਪਕ ਜੀ ਸਾਡੇ ਨਾਲ ਨੇ, ਦੀਪਕ ਜੀ ਕੀ ਇਲੈਬੋਰੇਟ ਕਰਨਾ ਚਾਹੋਗੇ ਇਸ ਪੁਲ ਨੂੰ ਲੈ ਕੇ? ਬਹੁਤ ਗੰਭੀਰ ਮਸਲਾ ਆ, ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਔਰ ਸਾਡੇ ਸਾਹਮਣੇ ਐਗਜ਼ਾਮਪਲ ਜਿਹੜੀਆਂ ਹਰ ਰੋਜ਼ ਆ ਰਹੀਆਂ। ਇਸ ਲਈ ਅਸੀਂ ਮਾਲਟਾਊਨ 'ਚ ਰਹਿੰਦੇ ਹਾਂ, ਸਾਡੇ ਖਾਸ ਕਰਕੇ ਮਾਲਟਨ ਵਾਸੀਆਂ ਨੂੰ ਬਹੁਤ ਸਮੱਸਿਆ ਹੈਗੀ ਹੈ, ਬਹੁਤ ਪਰੇਸ਼ਾਨੀ ਸਾਨੂੰ ਹੈਗੀ ਹੈ। ਅਸੀਂ ਸਵੇਰੇ ਆਪਣੇ ਕੰਮਾਂ ਕਾਰਾਂ 'ਚ ਜਾਂਦੇ, ਜਦੋਂ ਸਾਡੀ ਜਾਨ ਆਫ ਹੋ ਜਾਂਦੀ ਹੈ ਕਿ ਪੁਲ ਕਿੱਦਾਂ ਪਾਰ ਕਰਨਾ, ਆ ਵਾਲਾ ਸੜਕ ਸੜਕ ਕ੍ਰੋਸ ਕਿੱਦਾਂ ਕਰਨੀ ਹੈ, ਗੱਡੀ ਅੱਜ ਫਾਸਟ ਲੰਘਦੀਆਂ ਜਾਂਦੀਆਂ, ਬਹੁਤ ਮੁਸ਼ਕਲ ਹੁੰਦੀ ਹੈ, ਇਹ ਬਹੁਤ ਗੰਭੀਰ ਮੁੱਦਾ ਹੈਗਾ ਜੀ। 100 ਗੱਲਾਂ 1 ਗੱਲ ਹੈ ਜੀ, ਅਸੀਂ ਉਸ ਪਾਰਟੀ ਨੂੰ ਵੋਟ ਦੇਣੀ ਹੈ
ਜਿਹੜੀ ਪਾਰਟੀ ਪੁੱਲ ਬਣਾਉਗੀ ਬਸ ਬਸ ਸਾਰੇ ਆਪਣੇ ਪਾਰਕ ਵਾਲੇ ਵੱਲੋਂ। ਪਰ ਕੋਈ ਵੀ ਪਾਰਟੀ ਵਾਅਦਾ ਕਰ ਦੇਗੀ ਵੀ ਪੁੱਲ ਬਣਾਵਾਂਗੇ, ਜੇ ਫਿਰ 5 ਸਾਲ ਨਹੀਂ ਬਣਾਇਆ ਫਿਰ ਕੀ ਕਰੋਗੇ? ਕਰਨਾ ਕਰਨਾ ਕੀ ਇੱਦਾਂ ਕਰਾਉਂਦੇ ਕੋਈ, ਫਿਰ ਉਹੀ ਉਹੀ ਆਵਾਂਗੇ ਹੋਰ ਕੀ ਫਿਰ। ਤੁਸੀਂ ਦੇਖ ਲਓ ਇਹ ਭਾਰਤ ਦੇ ਵੋਟਰ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਉਸ ਪਾਰਟੀ ਨੂੰ ਵੋਟ ਦੇਵਾਂਗੇ ਜਿਹੜੇ ਪੁੱਲ ਬਣਾਏਗੀ, ਪਰ ਜੇ ਉਹੀ ਉਹ ਪਾਰਟੀ ਨਹੀਂ ਬਣਾਏਗੀ ਫਿਰ ਉਹ ਕਹਿੰਦੇ ਕਿ ਅਸੀਂ ਇਸ ਤਰ੍ਹਾਂ ਰੋਲ ਲਵਾਂਗੇ। ਹਾਂਜੀ ਕੀ ਕਰਦੇ ਅਸੀਂ ਪੁਤਲੇ ਫੂਕਾਂਗੇ ਇਹਨਾਂ ਦੇ ਸਾਰਿਆਂ ਦੇ, ਉਹਨਾਂ ਕੀ ਹੋਏਗਾ ਜੀ? ਪੁਤਲੇ ਫੂਕੇ ਬੈਠੇ ਨੇ ਉਹਨਾਂ ਨੂੰ ਪੁਤਲਿਆਂ ਦਾ ਕੋਈ ਮਤਲਬ? ਉਹ ਅਸੀਂ ਉੱਥੋਂ ਵੀ ਜਾ ਕੇ ਫੂਕਾਂਗੇ ਫਿਰ ਜਾ ਕੇ, ਅਗਰ ਇਹ ਕੰਮ ਨਾ ਹੋਇਆ ਕੰਮ ਕੰਮ ਕਰਨ ਦਾ ਕੋਈ ਢੰਗ ਦਾ, ਇੱਕ ਵਾਰੀ ਬਣਾਉਣ ਲੱਗੇ ਆ ਫਿਰ ਉਹਨੂੰ ਢਾਤਾ ਫਿਰ ਉਹਨੂੰ ਲਾਤਾ ਜੀ, ਇਹ ਕੋਈ ਮਤਲਬ ਥੋੜ੍ਹਾ ਹੈਗਾ? ਅਸੀਂ ਸ਼ਹਿਰ ਵਾਸੀ ਕੋਈ ਅਸੀਂ ਕੋਈ ਇਹ ਥੋੜ੍ਹਾ ਹੈਗੇ ਆ ਵੀ ਇਹਨਾਂ ਦੇ ਖਾਤਰ ਬੈਠੇ ਹੈਗੇ ਆ, ਠੀਕ ਹੈ ਜੀ? ਕੋਈ ਕਮ ਸੇ ਕਮ ਥੋੜ੍ਹਾ ਜਿਹਾ ਕਿ ਇਹਦਾ ਵਿਚਾਰ ਦੇਖੋ, ਕੋਈ ਅਸੀਂ ਵੀ ਸਿਆਣੇ ਹੋ ਗਏ, ਸਿਆਣੇ ਹੋ ਕੇ ਸਾਡੀ ਗੱਲਾਂ ਵੀ ਸੁਣਦੇ ਹੈਗੇ ਆ, ਫਿਰ ਅਸੀਂ ਵੋਟਾਂ ਕਿਸ ਚੀਜ਼ ਦੀਆਂ ਪਾੜੀਆਂ ਜੀ ਇਹਨਾਂ ਨੂੰ ਹੈ ਸਰ? ਬਾਕੀ ਤੁਸੀਂ ਦੇਖ ਲਓ ਤੁਸੀਂ ਇਹਨਾਂ ਦੇ ਜਿੰਨੇ ਵੀ ਅੱਗੇ ਹੈਗੇ ਆ ਵਾਅਦੇ ਪੂਰੇ ਕਰਦੇ ਨਹੀਂ ਹੈਗੇ, ਇਹ ਗੱਲਾਂ ਕਰ ਦਿੰਦੇ ਆ, ਗੱਲਾਂ ਤੋਂ ਬਾਅਦ ਸਾਡੇ ਔਰ ਸਾਡੇ ਭਾਈ ਸਾਹਿਬ ਸਾਰੇ ਜਿਹੜੇ ਗੱਲਾਂ ਕੀਤੀਆਂ। ਬਹੁਤ ਸਾਰੀਆਂ ਪਾਰਟੀ ਕਹਿੰਦੀਆਂ ਵੀ 2022 'ਚ ਦੇਖਾਂਗੇ ਜੀ, ਜਿਹੜੇ ਬਾਕੀ ਅਧੂਰੇ ਰਹਿ ਗਏ ਸੁਪਨੇ ਉਦੋਂ ਪੂਰੇ ਕਰਾਂਗੇ। ਇਹ ਸੁਪਨੇ ਹੋਰ ਵੇਟ ਕਰਨੀ ਪੈਗੀ ਜੀ? ਤਾਂ ਸੁਪਨੇ ਤਾਂ ਇਹ ਆਪਣੇ ਪੂਰੇ ਕਰਦੇ ਰਹਿੰਦੇ ਆਰਾਮ ਨਾਲ ਬੈਠੇ ਉੱਥੇ ਪੈ ਜੂ। ਜੀ ਹਾਂ ਵਾਲਿਆ ਸਾਹਿਬ, ਕੀ ਕਹੋਗੇ ਤੁਸੀਂ ਇਸ ਮੁੱਦੇ ਤੇ ਖਾਸ ਤੌਰ ਤੇ? ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਇਹ ਭਾਜਪਾ ਦਾ ਆਪਸੀ ਮੁੱਦਾ ਆ ਤੇ ਆਪਸੀ ਇਹਨਾਂ ਦੇ ਕਰਕੇ ਪੁੱਲ ਨਹੀਂ ਬਣ ਰਿਹਾ ਜੀ। ਦੇਖੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਜੋ ਜੋਸ਼ ਹੈ ਸਾਡੇ ਮੈਂਬਰਾਂ ਦੇ ਵਿੱਚ। ਜੀ ਹਾਂਜੀ, ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੁੰਦਾ ਕਿ ਸਾਡੇ ਫਰੈਂਡਸ ਹੈ, ਸਾਡੇ ਰਿਲੇਟਿਵਸ ਹੈ, ਦਿੱਲੀਓਂ ਆਉਂਦੇ ਹੈ ਜਾਂ ਬਾਹਰੋਂ ਆਉਂਦੇ ਹੋ, ਕਹਿੰਦੇ ਦਿੱਲੀ ਤੋਂ ਲੈ ਕੇ ਲੁਧਿਆਣੇ ਤੱਕ ਸਭ ਠੀਕ ਹੈ, ਕਿਉਂ ਫਗਵਾੜੇ ਆ ਕੇ ਕਿਉਂ ਕੰਮ ਪ੍ਰੋਬਲਮ ਹੋ ਜਾਂਦੀ ਹੈ? ਤਾਂ ਮੇਰੇ ਕਹਿਣ ਦਾ ਮਤਲਬ ਇਹ ਕਿ ਪੋਲੀਟੀਕਲ ਪਾਰਟੀਜ਼ ਨੂੰ ਸੋਚਣਾ ਚਾਹੀਦਾ ਪਬਲਿਕ ਦੀ ਸੇਫਟੀ ਬਾਰੇ। ਅਸੀਂ ਘਰੋਂ ਨਿਕਲਦੇ, ਕੰਮ ਤੋਂ ਲੋਕ ਨਿਕਲਦੇ ਹੈ ਤੇ ਦੁਕਾਨ ਤੇ ਪਹੁੰਚ ਕੇ, ਇੰਡਸਟਰੀ ਪਹੁੰਚ ਕੇ, ਘਰ ਵਾਲਾ ਫੋਨ ਆਉਂਦਾ ਕਿ ਠੀਕ ਠਾਕ ਪਹੁੰਚ ਗਏ ਹੋ ਜੀ ਡਿਊ ਟੂ ਦਿਸ ਪੁੱਲ? ਅਸੀਂ ਸਾਡੀ ਰਿਕੁਐਸਟ ਹੈ ਪੋਲੀਟੀਕਲ ਪਾਰਟੀਜ਼ ਨੂੰ ਕਿ ਆਪਣੀ ਇੰਟਰਨਲ ਰਾਈਵਲਰੀ ਦੂਰ ਕਰਕੇ ਪਬਲਿਕ ਦੀ ਸੇਫਟੀ ਬਾਰੇ ਵੀ ਸੋਚੋ, ਤਾਂ ਕਿ ਪਬਲਿਕ ਥੋੜ੍ਹਾ, ਐਕਚੁਅਲੀ ਤੁਸੀਂ ਕੁਛ ਕਰੋਗੇ ਤਾਂ ਪਬਲਿਕ ਤੁਹਾਨੂੰ ਵੋਟ ਪਾਏਗੀ। ਤੁਸੀਂ ਦੇਖੋ ਖਾਸ ਤੌਰ ਤੇ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਦਿੱਲੀ ਤੋਂ ਜੇ ਅਸੀਂ ਜਲੰਧਰ ਫਗਵਾੜਾ ਤੱਕ ਆਉਂਦੇ ਹਾਂ ਤਾਂ ਬਹੁਤ ਸਾਰੇ ਪੁੱਲ ਜਿਹੜੇ ਹੁਣ ਤਾਂ ਬਹੁਤ ਪੁੱਲ ਬਣ ਚੁੱਕੇ ਨੇ, ਪਰ ਫਗਵਾੜਾ ਦਾ ਪੁੱਲ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਪ੍ਰਸ਼ਨ ਚਿੰਨ ਹੈ। ਔਰ ਤੁਸੀਂ ਦੇਖ ਰਹੇ ਹੋ ਕਿ ਅੱਜ ਮਾਲ ਟਾਊਨ ਦੇ ਜੋ ਲੋਕ ਨੇ, ਅਸੀਂ ਅੱਜ ਅਰਬਨ ਏਰੀਏ ਦੇ ਵਿੱਚ ਆਏ ਹਾਂ, ਖਾਸ ਤੌਰ ਤੇ ਕੀ ਭਖਵਾਂ ਮਸਲਾ ਹੈ ਤੇ ਇਹ ਭਖਵਾਂ ਮਸਲਾ ਹੈ ਫਗਵਾੜਾ ਦਾ ਫਲਾਈ ਓਵਰ ਜਿਹੜਾ ਕਿ ਬਹੁਤ ਜਲਦ ਨਿਰਮਾਣ ਜਿਹੜਾ ਹੈ ਉਹ ਹੋਣਾ ਚਾਹੀਦਾ ਉਹਦਾ। ਹੁਣ ਦੇਖਣਾ ਇਹ ਹੈ ਕਿ ਹੁਣ ਜਦੋਂ ਕਿ ਬਿਲਕੁਲ ਗਿਣਤੀ ਦੇ ਦਿਨ ਬਚੇ ਨੇ, ਅਕਾਲੀ ਭਾਜਪਾ ਸਰਕਾਰ ਜਿਹਨੇ ਚੋਣ ਵਾਅਦਾ ਕੀਤਾ ਸੀ 5 ਸਾਲ, ਇਸ ਵਾਅਦੇ ਨੂੰ ਘੁਮਾਇਆ, ਕਿਵੇਂ ਉਹ ਫਲਾਈਓਵਰ ਪੁੱਲ ਦੇ ਨਿਰਮਾਣ ਦੇ ਲਈ ਯਤਨ ਕਰਦੀ ਹੈ? ਅਤੇ ਜੇ ਯਤਨ ਨਹੀਂ ਹੁੰਦੇ ਤਾਂ ਫਗਵਾੜਾ ਦੇ ਵੋਟਰ ਕੀ ਪ੍ਰਤੀਕਰਮ ਦਿੰਦੇ ਨੇ? ਇਹ ਤਾਂ 2019 ਦੀਆਂ ਚੋਣਾਂ ਹੀ ਕਹੇਗਾ, ਪਰ ਫਿਲਹਾਲ ਇੱਕ ਬਹੁਤ ਗੰਭੀਰ ਪ੍ਰਸ਼ਨ ਫਗਵਾੜਾ ਦੇ ਲਈ ਇਹ ਕਿ ਫਗਵਾੜਾ ਫਲਾਈਓਵਰ ਪੁੱਲ ਦਾ ਨਿਰਮਾਣ ਜੋ ਹੈ ਹੋਣਾ ਚਾਹੀਦਾ ਸੀ ਪੰਚਾ ਅੱਜ। ਇਹ ਸੀ ਸਾਡੀ ਇੱਕ ਵਿਸ਼ੇਸ਼ ਗੱਲਬਾਤ, ਆਉਣ ਵਾਲੇ ਸਮੇਂ ਵਿੱਚ ਫਗਵਾੜਾ ਦੇ ਕੁਛ ਹੋਰ ਪੱਖਵੇਂ ਮਸਲੇ ਲੈ ਕੇ ਹਾਜ਼ਰ ਹੋਵਾਂਗੇ। ਦੀ ਫਗਵਾੜਾ ਹੈਡਲਾਈਨ ਲਾਈਵ ਲਈ ਜਗਜੀਤ ਚਾਨਾ ਦੀ ਵਿਸ਼ੇਸ਼ ਰਿਪੋਰਟ। ਵੈਰੀ ਗੁੱਡ, ਵੈਰੀ ਗੁੱਡ।